ਸਤਿ ਸ਼੍ਰੀ ਗਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਤੇ ਜਿਸ ਦਾ ਨਾਮ ਹੈ ਸਿੱਪਿਆਬੀ ਸਟੋਰੀਜ਼ ਸ਼ੁਰੂ ਕਰਨ ਲੱਗੇ ਅੱਜ ਦੀ ਨਵੀਂ ਪੰਜਾਬੀ ਸਟੋਰੀ ਸੁੱਖਾ 11ਵੀਂ ਜਮਾਤ ਵਿੱਚ ਪੜਦਾ ਸੀ ਉਹ ਬਹੁਤ ਸ਼ਰਾਰਤੀ ਮੁੰਡਾ ਸੀ ਸਕੂਲੋਂ ਆ ਕੇ ਵਾਸਤਾ ਭਾਂਡੇ ਵਿੱਚ ਕਿੱਲੀ ਨਾਲ ਟੰਗ ਦਿੰਦਾ ਤੇ ਕੋਠੇ ਚੜ੍ਹ ਕੇ ਪਤੰਗ ਣਾਉਣ ਲੱਗ ਜਾਂਦਾ ਸੀ ਜੇ ਉਸ ਦੇ ਮਾਪੇ ਵਰਜਦੇ ਤਾਂ ਭੋਰਾ ਪ੍ਰਵਾਹ ਨਹੀਂ ਸੀ ਕਰਦਾ ਅਵਾਰਾ ਗਰ ਦੀ ਖੂ ਕਰਦਾ ਰਹਿੰਦਾ ਸੀ ਛੁੱਟੀ ਵਾਲੇ ਦਿਨ ਤਾਂ ਸਾਰਾ ਦਿਨ ਉਹ ਘਰ ਤੋਂ ਬਾਹਰ ਹੀ ਰਹਿੰਦਾ ਸੀ ਬੇਮੁਹਾਰਾ ਇਹ ਆਪਣੇ ਅਵਾਰਾ ਦੋਸਤਾਂ ਸੰਗ ਤੁਰਿਆ ਫਿਰਦਾ ਸੀ ਮਾਂ ਆਖਦੀ ਵੇ ਮੇਲਿਆਂ ਪੜ ਲੈ ਚਾਰ ਅੱਖਰ ਜੇ ਤੇਰੇ ਕਰਮਾਂ ਵਿੱਚ ਹੈ ਤਾਂ ਤਾਂ ਅੱਗੋਂ ਘੜਿਆ ਕੜਾਇਆ ਜਵਾਬ ਦਿੰਦਾ ਕੋਈ ਨਹੀਂ ਬੇਬੇ ਮੈਂ ਰਾਤ ਨੂੰ ਪੜੂੰ ਜਦੋਂ ਰਾਤ ਪੈਂਦੀ ਤਾਂ ਉਹ ਕੂਕ ਸੁਤਾ ਘਰਾੜੇ ਮਾਰ ਰਿਆ ਹੁੰਦਾ ਸਵੇਰੇ ਵੀ ਦੇਰ ਨਾਲ ਉੱਠਦਾ ਸੀ ਸਕੂਲੇ ਬਿਨਾਂ ਨਹਾਤਿਆਂ ਹੀ ਚਲਾ ਜਾਂਦਾ ਸੀ ਪਿੰਡ ਦਾ ਸਰਕਾਰੀ ਸਕੂਲ ਹੋਣ ਕਰਕੇ ਪੁੱਛ ਗਿੱਛ ਘਾਟ ਹੀ ਹੁੰਦੀ ਸੀ ਇੱਕ ਉਹਦੀ ਛੋਟੀ ਭੈਣ ਸੀ ਰਿੰਮੀ ਨਿੱਕੀ ਜਹੀ ਪਿਆਰੀ ਜਹੀ ਉਹ ਬਹੁਤ ਜਿਆਦਾ ਸੋਹਣੀ ਸੀ ਸਾਰੇ ਸਕੂਲ ਦੇ ਮੁੰਡੇ ਉਹਦੀ ਤੌਰ ਦੇ ਫੈਨ ਸੀ ਉਹ ਮੜਕ ਮੜਕ ਕੇ ਤੁਰਦੀ ਸੀ ਾਰੇ ਜਣੇ ਉਸ ਨੂੰ ਜੈਤੋਂ ਦਾ ਕਿਤਾ ਦਿਖਾਉਣ ਨੂੰ ਫਿਰਦੇ ਸੀ ਉਹ ਪੜਨ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਸੁੱਖਾ ਉਹਨੂੰ ਬਹੁਤ ਪਿਆਰ ਕਰਦਾ ਸੀ ਜੇ ਕੋਈ ਸਕੂਲ ਵਿੱਚ ਮੁੰਡਾ ਕੁੜੀ ਰਿਮੀ ਨਾਲ ਲੜਦਾ ਝਗੜਦਾ ਤਾਂ ਸੁੱਖਾ ਰਿਮੀ ਦੀ ਬਾਹਰ ਕਰਵਾਉਂਦਾ ਸੀ ਅਗਰੇ ਨਾਲ ਲੜ ਪੈਂਦਾ ਸੀ ਉਹਨੂੰ ਕੁੱਟਣ ਤੱਕ ਜਾਂਦਾ ਸੀ ਪਰ ਰਿਮੀ ਵੱਲ ਕਿਸੇ ਨੂੰ ਅੱਖ ਚੁੱਕ ਕੇ ਵੇਖ ਨਹੀਂ ਸੀ ਦਿੰਦਾ ਉਹ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਇੱਕ ਵਾਰ 9 ਮਹੀਨੇ ਦੀਆਂ 30 ਦੇ ਦਿਨ ਸਨ ਸੁੱਖਾ ਬਾਹਰੋਂ ਖੇਤਾਂ ਵਿੱਚੋਂ ਫਰਮਾਂ ਦੀ ਅੰਗਰੇਜ਼ੀ ਤੇ 22 ਅੱਖਰ ਵਰਗੀ ਇੱਕ ਲੱਕੜੀ ਵੱਢ ਲਿਆ ਉਸ ਉੱਤੇ ਪੁਰਾਣੀ ਸਾਈਕਲ ਟਿਊਬ ਦੀ ਰਬੜ ਬਨ ਕੇ ਇੱਕ ਗਲੇਲ ਨਾ ਬਣਾ ਲਈ ਉਹ ਬਾਹਰੋਂ ਡੇਕਾਂ ਵਰ ਕਹਿਣਾ ਦੀਆਂ ਗਟੋਲੀਆਂ ਤੋੜ ਕੇ ਗੀਜਾ ਭਰ ਲਿਆਉਂਦਾ ਸੀ ਦੋਸਤਾਂ ਮਿੱਤਰਾਂ ਨੂੰ ਗਲੇਲ ਨਾਲ ਗਟੋਲੀਆਂ ਚਲਾ ਕੇ ਦਿਖਾਉਂਦਾ ਤੇ ਨਾਲੇ ਕਹਿੰਦਾ ਇਹ ਦੇਖੋ ਮੇਰੀ ਗੁਲੇੜ ਦੇ ਰੋਂਦਾ ਗੁਲੇੜ ਨਾਲ ਗਟੋਲੀਆਂ ਮਾਰ ਕੇ ਉਹ નિર્ਦੋਸ਼ ਚਿੜੀਆਂ ਕਾਂ ਫੁੰਡਦਾ ਇਹੋ ਨਿਸ਼ਾਨੇ ਵਣਦਾ ਵੰਦਾ ਉਹ ਸ਼ਾਮੀ ਤੀਆਂਵਰ ਨੂੰ ਚਲਾ ਜਾਂਦਾ ਉੱਥੇ ਮੈਦਾਨ ਵਿੱਚ ਗਿੱਧਾ ਪਾਉਂਦੀਆਂ ਕੁੜੀਆਂ ਨੂੰ ਦੇਖਦਾ ਨਜਦੀਏ ਆਪਣੀਆਂ ਕੁੜੀਆਂ ਤੇ ਗਲੇਲ ਨਾਲ ਗਟੋਲੀਆਂ ਮਾਰਦਾ ਕਿਸੇ ਕੁੜੀ ਦੇ ਗਟੋਲੀ ਪਿੱਠ ਉੱਤੇ ਵੱਜਦੀ ਕਿਸੇ ਦੀ ਗੁੱਤ ਉੱਤੇ ਕਿਸੇ ਦੀ ਬਾਹ ਉੱਤੇ ਕੋਈ ਵੀਂ ਝੂਟਦੀ ਕੁੜੀ ਗਲੇਲ ਵੱਜੀ ਤੋਂ ਆਪਣਾ ਤਵਾਜਨ ਖੋਹ ਬੈਠਦੀ ਕੁੜੀ ਵਿਚਾਰੀ ਉਹੀ ਕਹਿ ਕੇ ਪੀੜ ਜाहਰ ਕਰਦੀ ਇਉਂ ਪੀੜ ਨਾਲ ਵਿਚਾਰੀਆਂ નિર્ਦੋਸ਼ ਕੁੜੀਆਂ ਤੜਫਦੀਆਂ ਉਹਨਾਂ ਦੀ ਕੋਈ ਬਾਹ ਨਾ ਚੱਲਦੀ ਕੁੜੀਆਂ ਪੀੜਾਂ ਸਹਿ ਕੇ ਵੀ ਆਪਣੀ ਤੀਆਂ ਦੀਆਂ ਵਿੱਚ ਗਿੱਧਾ ਪਾਉਣ ਦੀ ਰਸਮ ਪੂਰੀ ਕਰਦੀਆਂ ਹੱਦੀਆਂ ਤੀਆਂ ਮਨਾਉਂਦੀਆਂ ਤੇ ਪਿੰਗਾ ਝੂਟਦੀਆਂ ਸਨ ਕਦੇ ਕਦੇ ਅੱਕੀਆਂ ਕੁੜੀਆਂ ਸ਼ਰਾਰਤੀ ਮੁੰਡਿਆਂ ਦੇ ਮਗਰ ਪੈ ਜਾਂਦੀਆਂ ਸਨ ਮੁੰਡੇ ਕਿੱਥੇ ਢਾਹ ਦਿੰਦੇ ਸੀ ਮੁੰਡੇ ਭੱਜ ਕੇ ਖੇਤਾਂ ਵਿੱਚ ਲੁਕ ਜਾਂਦੇ ਸੀ ਸੱਜੇ ਪਾਸੇ ਰੂੜੀਆਂ ਉਹਲੇ ਜਾਂ ਛਿਪਦੇ ਕੁੜੀਆਂ ਨੂੰ ਵਾਹਣਾ ਫੜਾਉਂਦੇ ਕੁੜੀਆਂ ਤਾਂ ਵਿਚਾਰੀਆਂ ਕੁੜੀਆਂ ਨੇ ਨਾਜ਼ਕ ਜਈਆਂ ਭੂੜੀਆਂ ਭਾਲੀਆਂ ਮਾਫ਼ ਕਰ ਦੇਣ ਵਾਲੀਆਂ ਇੱਕ ਦਿਨ ਸੁਖਾ ਤੀਆਂ ਤੇ ਜਾਂ ਲੈ ਘਰੋਂ ਨਿਕਲਿਆ ਉਹ ਪੂਰਾ ਟਹਿਰ ਕੇ ਵਿੱਚ ਸੀ ਉਸਨੇ ਆਪਣੇ ਹੱਥ ਵਿੱਚ ਗੁਲੇਲ ਪਿਸਤੌਲ ਵਾਂਗ ਆਪਣੇ ਖੱਬੇ ਮੋਢੇ ਨਾਲ ਟੰਗ ਲਈ ਗਟੋੜੀਆਂ ਨਾਲ ਜੀਵਤਨ ਕੇ ਭਰ ਲਈ ਸੀ ਨੰਬਰਦਾਰਾਂ ਦੀ ਬੀਹੇ ਵਿੱਚ ਦੀ ਲੰਘਦਿਆਂ ਉਹ ਆਪਣੇ ਆਪ ਨੂੰ ਪੂਰਾ ਕੋਈ ਫਿਲਮੀ ਖਲਨਾਇਕ ਸਮਝ ਰਿਹਾ ਸੀ ਤੀਆਂ ਚ ਪਹੁੰਚ ਕੇ ਉਸਨੇ ਨੱਚਦੀਆਂ ਕੁੜੀਆਂ ਦੇ ਝੁੰਡ ਵੱਲੀ ਬੜੀ ਜ਼ੋਰ ਦੀ ਗਰੇਡ ਦੀ ਰਬੜ ਖਿੱਚ ਕੇ ਗਟੋਲੀ ਚਲਾਈ ਗਟੋਲੀ ਬੰਦੂਖ ਦੀ ਗੋਲੀ ਵਾਂਗ ਤੇਜ਼ੀ ਨਾਲ ਗਈ ਸੁੱਖੇ ਦਾ ਨਿਸ਼ਾਨਾ ਸਿੱਧਾ ਕੁੜੀ ਦੀ ਅੱਖ ਤੇ ਜਾ ਵਜਿਆ ਪੀੜ ਨਾਲ ਕੁੜੀ ਚੀਕਾਂ ਮਾਰ ਕੇ ਰੋ ਪਈ ਤੀਆਂ ਵਾਲੀਆਂ ਕੁੜੀਆਂ ਵਿੱਚ ਪੂਰੀ ਤਰ੍ਹਾਂ ਭੱਗਦੜ ਮੱਚ ਗਈ ਸੁੱਖਾ ਮਾਮਲਾ ਗੜਵੜ ਦੇਖ ਕੇ ਡਰ ਗਿਆ ਛੇਤੀ ਹੀ ਉੱਥੋਂ 9:02 11 ਹੋ ਗਿਆ ਗੁੱਸੇ ਵਿੱਚ ਆਇਆਂ ਕੁੜੀਆਂ ਨੇ ਫੜ ਕੇ ਉੱਥੇ ਕਈ ਮੁੰਡੇ ਕੁੱਟੇ ਪਰ ਕੌਣ ਜਾਣਦਾ ਸੀ ਕਿ ਅਸਲੀ ਦੋਸ਼ੀ ਕੌਣ ਹੈ ਸੁੱਖਾ ਉੱਥੋਂ ਸਿੱਧਾ ਘਰ ਆਵਜਿਆ ਘਰੇ ਆ ਕੇ ਕਿਤਾਬ ਚੁੱਕ ਕੇ ਪੜ੍ਹਨ ਬੈਠ ਗਿਆ ਉਸ ਨੂੰ ਦੇਖ ਕੇ ਉਹ ਪਾ ਸਾਸੀ ਜਿਵੇਂ ਉਹ ਤਾਂ ਤੀਆਂ ਤੇ ਗਿਆ ਹੀ ਨਾ ਹੋਵੇ ਉਹ ਲਾਇਕ ਮੁੰਡਾ ਬਣਿਆ ਬੈਠਾ ਸੀ ਮਾਨੋ ਕੋਈ ਪਾੜਾ ਦੱਬ ਕੇ ਪੜਾਈ ਕਰ ਰਿਹਾ ਹੋਵੇ ਇੰਨਾ ਸ਼ਰੀਫ ਜਾਵ ਰਿਆਂ ਸੀ ਐਡਾ ਵੱਡਾ ਪਾੜਾ ਤਾਂ ਪੂਰੇ ਸੂਬੇ ਵਿੱਚੋਂ ਉਵਲ ਆਵੇਗਾ ਬਾਹਰੋਂ ਗੇਟ ਖੜਕਿਆ ਸੁੱਖੇ ਦੀ ਮਾਣੇ ਗੇਟ ਖੋਲਿਆ ਤਿੰਨ ਚਾਰ ਕੁੜੀਆਂ ਰੋਂਦੀ ਹੋਈ ਰਿੰਮੂ ਨੂੰ ਅੰਦਰ ਲੈ ਆਇਆਂ ਬੋਲੀਆਂ ਅੰਮਾ ਕਿਸੇ ਮੁੰਡੇ ਨੇ ਗਲੇਲ ਨਾਲ ਗਟੋਲੀ ਰਿੰਮੀ ਦੀ ਅੱਖ ਤੇ ਮਾਰੀ ਗਟੋਲੀ ਅੱਖ ਦੇ ਉੱਪਰ ਪਰਵੱਟੇ ਤੇ ਠੇਠਾਂ ਕਰਕੇ ਵੱਜੀ ਸੀ ਆੱਖ ਨਹੀਂ ਹੁਣ ਤਾਂ ਬਚ ਗਈ ਸੀ ਪਰ ਅੱਖ ਤੇ ਦਰਦ ਬਹੁਤ ਹੋ ਰਹੀ ਸੀ ਸੋਜ ਵੀ ਆ ਗਈ ਸੀ ਅੱਖ ਵਿੱਚੋਂ ਪਾਣੀ ਪਰਲ ਪਰਲ ਵਹਿ ਰਿਹਾ ਸੀ ਕੁੜੀ ਦੀ ਅੱਖ ਖੁੱਲਦੀ ਨਹੀਂ ਸੀ ਰਿਮੀ ਵਿਚਾਰੀ ਬੁਰੇ ਹਾਲ ਨਾਲ ਰੋ ਰਹੀ ਸੀ ਸੁੱਖਾ ਮਛਲਾ ਹੋਇਆ ਭਾਂਡੇ 'ਚ ਬੈਠਾ ਪੜ ਰਿਹਾ ਸੀ ਉਹ ਕਿਤਾਬ ਛੱਡ ਕੇ ਰਿਮੀ ਕੋਲ ਆ ਗਿਆ ਰਿਮੀ ਦੀ ਹਾਲਤ ਵੇਖ ਕੇ ਉਸ ਦਾ ਆਪਣਾ ਰੋਣਾ ਨਿਕਲ ਗਿਆ ਓਫ ਇੱਕ ਹੀ ਭਣਾ ਵਾਪਰ ਗਿਆ ਰਿਮੀ ਤਾਂ ਉਸਦੀ ਭੈਣ ਸੀ ਉਸ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਆਪਣੀ ਸਭ ਤੋਂ ਪਿਆਰੀ ਭੈਣ ਦੀ ਉਸਨੇ ਅੱਖ ਭੰਨ ਸੁਟੀ ਸੀ ਰਿਮੀ ਦਾ ਬੁਰਾ ਹਾਲ ਵੇਖ ਕੇ ਉਹ ਰੋ ਪਿਆ ਉਹ ਦੋਸ਼ੀਆਂ ਵਾਂਗ ਆਪਣੀ ਮਾਂ ਕੋਲ ਆਪ ਕੇ ਬੋਲਿਆ ਬੇਬੇ ਇਸ ਦਾ ਦੋਸ਼ੀ ਮੈਂ ਹੀ ਹਾਂ ਗਟੋਲੀ ਮੈਥੋਂ ਹੀ ਵੱਜੀ ਹੈ ਆ ਲੈ ਤੋੜ ਦੇ ਮੇਰੀ ਗੁਲੇਲ ਅੱਗੇ ਤੋਂ ਨਹੀਂ ਕਰਦਾ ਜਹੀਆਂ ਇਹ ਤਾਂ ਸੁੱਖੇ ਦੀ ਬੇਬੇ ਨੇ ਨਾ ਆਪ ਦੇਖਿਆ ਨਾ ਤਾਬ ਉਸ ਨੂੰ ਜੁੰਡਿਓਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਭਾਰੀ ਭਰਕਮ ਬੇਬੇ ਦੇ ਗੋਡਿਆਂ ਥੱਲੇ ਔਖੇ ਔਖੇ ਸਾਹ ਲੈ ਰਿਹਾ ਸੀ ਉਸ ਨੇ ਸੁੰਨ ਦਿਮਾਗ ਵਿੱਚ ਬੇਬੇ ਦੀ ਕੜਕ ਦੀ ਆਵਾਜ਼ ਗੂੰਜ ਰਹੀ ਸੀ ਮੋਇਆ ਅੱਗ ਲੱਗ ਜਾਏ ਤੇਰੀ ਗੁਲੇਲ ਨੂੰ ਕੁੜੀ ਦਾ ਬੁਰਾ ਹਾਲ ਕਰ ਦਿੱਤਾ ਤੇਰੀ ਇਹ ਕੋਲੈਣੀ ਗੁਲੇਲ ਨੇ ਆਇਆ ਵੱਡਾ ਨਿਸ਼ਾਨ ਜੀ ਅੰਨੇ ਆ ਤੈਨੂੰ ਕੁੜੀਆਂ ਨਾ ਦਿਸੀਆਂ ਚਾਰ ਦਿਨਾਂ ਦੀ ਖੁਸ਼ੀ ਮਨਾਉਂਦੀਆਂ ਤੇ ਇਥੋਂ ਜਰੀ ਨਹੀਂ ਗਈ ਕੁੜੀਆਂ ਦੀ ਚਾ ਦਿਨਾਂ ਦੀ ਰੌਣਕ ਮਰ ਜਾਣਿਆ ਕੁਲਛਣਿਆ ਪਰ ਭਲਾ ਹੋਵੇ ਰਿਮੀ ਦਾ ਉਸਨੇ ਰੋਣਾ ਛੱਡ ਕੇ ਸੁੱਖੇ ਨੂੰ ਆਪਣੀ ਮਾਂ ਤੋਂ ਛਡਵਾਇਆ ਪਰ ਫਿਰ ਵੀ ਰਿਮੀ ਦੇ ਛੜਾਉਂਦੇ ਛੜਾਉਂਦੇ ਸੁੱਖੇ ਦੀ ਚੰਗੀ ਖੂਬ ਪਟਾਈ ਹੋ ਗਈ ਸੀ ਉਹ ਦੁਖੀ ਮਨ ਤੇ ਪਛਤਾਵੇ ਨਾਲ ਰੋ ਰਿਹਾ ਸੀ ਉਸਨੇ ਆਪਣੀ ਮਾਂ ਭੈਣ ਤੇ ਰਿਮੀ ਨੂੰ ਛੱਡਣ ਆਇਆਂ ਕੁੜੀਆਂ ਤੋਂ ਮਾਫੀ ਮੰਗੀ ਉਸਨੇ ਵਾਦਾ ਕੀਤਾ ਕਿ ਉਹ ਅੱਗੇ ਤੋਂ ਸਾਰੀਆਂ ਗਲਤਾਂ ਛੱਡ ਦੇਵੇਗਾ ਦਿਲ ਲਗਾ ਕੇ ਪੜ੍ਹੇਗਾ ਕਦੇ ਵੀ ਐਸਾ ਅਨਾਂ ਨਿਸ਼ਾਨੀ ਨਹੀਂ ਬਣੇਗਾ ਜਿਸ ਨਾਲ ਨਿਰਦੋਸ਼ ਲੋਕੀ ਦੁੱਖ ਭੋਗਣ ਸਗੋਂ ਇੱਕ ਜ਼ਿੰਮੇਵਾਰ ਇਨਸਾਨ ਬਣ ਕੇ ਸਮਾਜ ਤੋਂ ਬੁਰਾਈਆਂ ਦੂਰ ਕਰੇਗਾ ਇਹ ਸੀ ਜ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਣੀਆਂ ਐਵੇਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਆਪਣਾ YouTube ਚੈਨਲ ਜਰੂਰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫੇਰ ਨਵੀਂ ਕਹਾਣੀ ਦੇ ਨਾਲ ਸਾਨੂੰ ਦਿਓ ਆ ਗਿਆ ਧੰਨਵਾਦ